ਸੋ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਿੱਥੇ ਮਹਾਮਾਰੀ ਨੂੰ ਲੈ ਕੇ ਪੂਰੇ ਦੇਸ਼ ਵਿੱਚ ਹੀ ਨਹੀਂ ਬਲਕਿ ਵਿਸ਼ਵ ਭਰ ਦੇ ਵਿੱਚ ਅਲਰਟ ਹੈ ਅਤੇ ਸਰਕਾਰਾਂ ਚੌਕਸ ਨੇ ਅਤੇ ਇਸ ਮਸਲੇ 'ਤੇ ਸਾਡੇ ਨਾਲ ਕੁਛ ਅਦਾਕਾਰ ਜੁੜਦੇ ਨੇ ਜੋ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਨੇ ਅਤੇ ਅੱਜ ਵੀ ਸਾਡੇ ਨਾਲ ਸਾਵਨ ਰੂਪੋਵਲੀ ਜੁੜੇ ਹੋਏ ਨੇ ਜੋ ਅਦਾਕਾਰਾਂ ਨੇ ਪੰਜਾਬੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਸਾਵਨ, ਤੁਹਾਡਾ ਸਵਾਗਤ ਹੈ ਜ਼ੀ ਪੰਜਾਬ ਹਰਿਆਣਾ ਹਿਮਾਚਲ 'ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਵਣ, ਪੁੱਛਣਾ ਚਾਹੁੰਦੇ ਹਾਂ ਤੁਹਾਨੂੰ, ਜਿਸ ਤਰ੍ਹਾਂ ਦੇ ਨਾਲ ਮਹਾਮਾਰੀ ਦਾ ਅਸੀਂ ਜ਼ਿਕਰ ਕਰਦੇ ਹਾਂ, ਹਾਲਾਂਕਿ ਅਲਰਟ 'ਤੇ ਨੇ ਸਰਕਾਰਾਂ, ਅਤੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸਰਕਾਰਾਂ ਸਾਡੇ ਲਈ ਦੇਖੋ ਬਹੁਤ ਬਹੁਤ ਹੀ ਵਧੀਆ, ਮੈਂ ਤੇ ਆਪਣੀ ਪੁਲਿਸ ਟੀਮ ਨੂੰ, ਸਾਡੇ ਡਾਕਟਰਾਂ ਨੂੰ ਮੈਂ ਸਲਿਊਟ ਕਰਦੀ ਹਾਂ ਕਿ ਉਹ ਸਾਡੇ ਲਈ ਖੜੇ ਨੇ, ਹਨਾ, ਸਾਡੀ ਸਰਕਾਰ ਸਾਡੇ ਲਈ ਖੜੀ ਹੈ। ਸੋ ਸਾਨੂੰ ਵੀ ਚਾਹੀਦਾ ਕਿ ਅਸੀਂ ਉਹਨਾਂ ਦੀ ਗੱਲ ਮੰਨੀਏ। ਕਈ ਲੋਕ ਹਲੇ ਇਹਨਾਂ ਗੱਲਾਂ ਨੂੰ ਹਲੇ ਵੀ ਸੀਰੀਅਸ ਨਹੀਂ ਨੇ, ਕੁਛ ਲੋਕ, ਬਟ ਕਾਫੀ ਲੋਕ ਹੁਣ ਤੱਕ ਸੀਰੀਅਸ ਹੋ ਚੁੱਕੇ ਨੇ, ਬਟ ਕੁਛ ਲੋਕ ਹਲੇ ਤੱਕ ਸੀਰੀਅਸ ਨਹੀਂ ਲੈ ਰਹੇ ਇਸ ਗੱਲ ਨੂੰ, ਬਟ ਇਹ ਇੱਕ ਵੱਡਾ ਮੁੱਦਾ ਹੈ, ਸਾਨੂੰ ਸੀਰੀਅਸ ਹੋਣਾ ਚਾਹੀਦਾ। ਸੋ ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹੂੰਗੀ ਕਿ ਇਸ ਬਿਮਾਰੀ ਤੋਂ ਸਾਨੂੰ ਬਚਣਾ ਹੈ ਤੇ ਸਾਨੂੰ ਘਰਾਂ 'ਚ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਛੋਟੀ ਗੱਲ ਨਹੀਂ ਹੈ, ਇਹ ਵੱਡੀ ਗੱਲ ਹੈ। ਸੋ ਸਾਨੂੰ ਘਰਾਂ 'ਚ ਰਹਿ ਕੇ ਹੀ ਇਸ ਬਿਮਾਰੀ ਨਾਲ ਲੜਨਾ ਹੈ। ਬਿਲਕੁਲ, ਸੋ ਘਰਾਂ ਦੇ ਵਿੱਚ ਰਹਿਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਦੇ ਨਾਲ ਸਾਡੇ ਨਾਲ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਜੋ ਅਦਾਕਾਰ ਜੁੜਦੇ ਨੇ, ਸਾਵਣ ਵੀ ਸਾਡੇ ਨਾਲ ਜੁੜੇ ਹੋਏ ਨੇ, ਮਸ਼ਹੂਰ ਅਦਾਕਾਰਾਂ ਨੇ, ਪੰਜਾਬੀ ਫਿਲਮ ਇੰਡਸਟਰੀ ਨੂੰ ਕਾਫੀ ਵੱਡੀ ਦੇਣ ਹੈ। ਅਤੇ ਸਾਵਣ, ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖਿਆ ਹੋਗਾ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ, ਕਾਫੀ ਲੋਕ ਜਿਹੜੇ ਉਲੰਘਣਾ ਵੀ ਕਰਦੇ ਨੇ, ਕੋਈ ਉਹਨਾਂ ਨੂੰ ਕੋਈ ਸੰਦੇਸ਼ ਤੁਸੀਂ ਦੇਣਾ ਚਾਹੋ? ਜੀ, ਸਾਡੀ ਪੰਜਾਬ ਪੁਲਿਸ ਅਗਰ ਕੋਈ ਐਕਸ਼ਨ ਲੈ ਰਹੀ ਹੈ ਉਹਨਾਂ ਤੇ, ਮੈਂ ਹੁਣ ਵੀਡੀਓਜ਼ ਦੇਖ ਰਹੇ ਹਾਂ ਅਸੀਂ ਯੂਟਿਊਬ ਤੇ ਦੇਖ ਰਹੇ ਹਾਂ ਜਾਂ ਆਪਾਂ ਆਪਣੇ ਫੋਨਾਂ ਤੇ ਦੇਖ ਰਹੇ ਹਾਂ। ਸੋ ਅਗਰ ਉਹ ਇੰਨੀ ਸਖਤਾਈ ਕਰ ਰਹੀ ਹੈ ਤੇ ਸਾਨੂੰ ਇਹ ਸਾਡੀ ਸਮਝਦਾਰੀ, ਸਾਡਾ ਇੱਕ ਇੱਕ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਗੱਲ ਮੰਨੀ ਜਾਵੇ ਸਾਡੇ ਤੋਂ, ਕਿਉਂਕਿ ਉਹ ਅਗਰ ਸਾਨੂੰ ਏਦਾਂ ਸਾਡੇ ਨਾਲ ਪੇਸ਼ ਆਓਗੇ ਤੇ ਸਾਨੂੰ ਵੀ ਚੰਗਾ ਨਹੀਂ ਲੱਗਦਾ, ਹਨਾ। ਸੋ ਮੈਂ ਸਾਰੇ ਲੋਕਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਘਰਾਂ 'ਚ ਰਹੋ, ਥੋੜੇ ਦਿਨਾਂ ਦੀ ਗੱਲ ਹੈ, ਅਗਰ ਆਪਾਂ ਇਹ ਪ੍ਰੀਕੋਸ਼ਨਸ ਨਹੀਂ ਲਵਾਂਗੇ ਤੇ ਇਹ ਬਹੁਤ ਵੱਧ ਸਕਦੀ ਹੈ ਗੱਲ। ਸੋ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਘਰਾਂ 'ਚ ਰਹੋ ਪਲੀਜ਼। ਬਿਲਕੁਲ, ਸੋ ਘਰਾਂ ਦੇ ਵਿੱਚ ਰਹਿਣ ਦੀ ਜ਼ਰੂਰਤ ਹੈ। ਕਿਤੇ ਨਾ ਕਿਤੇ ਜੇਕਰ ਅਸੀਂ ਇਸ ਚੈਨ ਨੂੰ ਤੋੜਨ ਦੇ ਵਿੱਚ ਕਾਮਯਾਬ ਹੁੰਦੇ ਹਾਂ ਤਾਂ ਅਸੀਂ ਸਫਲ ਹੋ ਸਕਦੇ ਹਾਂ, ਕਿਉਂਕਿ ਜਿਹੜੇ ਅੰਕੜੇ ਨੇ ਦਿਨੋ ਦਿਨ ਵੱਧਦੇ ਜਾ ਰਹੇ ਨੇ। ਸੋ ਸਾਵਣ, ਸਾਵਧਾਨੀ ਕਿਸ ਤਰ੍ਹਾਂ ਨਾਲ ਰੱਖੀਏ? ਸੋ ਲੋਕਾਂ ਨੂੰ ਉਸ ਬਾਰੇ ਵੀ ਥੋੜ੍ਹਾ ਮੋਟਾ ਦੱਸੋ ਕਿ ਜਿਸ ਤਰ੍ਹਾਂ ਦੇ ਨਾਲ ਮਹਾਂਮਾਰੀ ਨੂੰ ਘੋਸ਼ਿਤ ਕਰ ਦਿੱਤਾ ਗਿਆ ਹੈ, ਪੰਜਾਬ ਦੇ ਵਿੱਚ ਅੰਕੜੇ ਦਿਨੋ ਦਿਨ ਵੱਧਦੇ ਜਾ ਰਹੇ ਨੇ, ਜਿਹੜੀ ਸਥਿਤੀ ਹੈ ਉਹ ਬੜੀ ਨਾਜ਼ੁਕ ਜੀ ਬਣ ਚੁੱਕੀ ਹੈ, ਪੰਜਵੀਂ ਮੌਤ ਪੰਜਾਬ ਦੇ ਵਿੱਚ ਹੋ ਚੁੱਕੀ ਹੈ। ਜੀ, ਪੰਜਾਬ ਆਪਾਂ ਕਿੰਨਾ, ਤੁਸੀਂ ਖੁਦ ਹੀ ਦੇਖ ਰਹੇ ਹੋ, ਅਸੀਂ ਸੋਸ਼ਲ ਮੀਡੀਆ ਤੇ ਤੁਸੀਂ ਸਾਨੂੰ ਲੋਕ ਦੱਸ ਰਹੇ ਹੋ, ਹਨਾ, ਸਾਨੂੰ ਮੀਡੀਆ ਇੰਨਾ ਕੁਛ ਦੱਸ ਰਹੀ ਹੈ, ਸੈਲੀਬ੍ਰਿਟੀਜ਼ ਆਪਣੇ ਸੋਸ਼ਲ ਮੀਡੀਆ ਤੇ ਬੋਲ ਕੇ ਪਾ ਰਹੇ ਨੇ, ਹਨਾ। ਤੋ ਇਹ ਵੱਡੀ ਗੱਲ ਹੈ। ਸੋ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਬਹੁਤ ਟੈਨਸ਼ਨ 'ਚ ਨੇ, ਡੈਫੀਨੇਟਲੀ ਮੈਂ ਵੀ ਬਹੁਤ ਟੈਨਸ਼ਨ 'ਚ ਹਾਂ। ਸਾਨੂੰ ਆਪਣੇ ਘਰਾਂ 'ਚ ਰਹਿਣਾ ਚਾਹੀਦਾ ਆ, ਆਪਣੇ ਹੱਥ ਧੋਂਦੇ ਰਹਿਣਾ ਚਾਹੀਦਾ, ਸੈਨੇਟਾਈਜ਼ਰ, ਅਗਰ ਤੁਹਾਡੇ ਕੋਲ ਸੈਨੇਟਾਈਜ਼ਰ ਘਰ 'ਚ ਨਹੀਂ ਹੈ ਤੇ ਤੁਹਾਡੇ ਕੋਲ ਸਾਬਣ ਆ, ਤੁਸੀਂ ਸਾਬਣ ਨਾਲ ਹੱਥ ਧੋ ਸਕਦੇ ਹੋ। ਕੋਈ ਲੋਕ ਨਹੀਂ ਇਸ ਚੀਜ਼ ਨੂੰ ਅਫੋਰਡ ਕਰ ਸਕਦੇ ਸੈਨੇਟਾਈਜ਼ਰ ਜਾਂ ਹੈਂਡ ਵਾਸ਼ਿਜ, ਹਨਾ, ਤੇ ਉਹ ਆਪਣੇ ਸਾਬਣ ਨਾਲ ਆਪਣੇ ਹੱਥ ਧੋਂਦੇ ਰਹਿਣ, ਹਨਾ, ਆਪਣੇ ਆਪ ਨੂੰ ਸਾਫ਼ ਰੱਖਣ ਤੇ ਘਰ ਦੀ ਰੋਟੀ ਖਾਣ। ਤੇ ਜਿਹੜੇ ਸਾਡੇ ਗਰੀਬ ਪਰਿਵਾਰ ਨੇ, ਮੈਂ ਉਹਨਾਂ ਲਈ ਵੀ ਜ਼ਰੂਰ ਕੁਛ ਕਹਿਣਾ ਚਾਹਾਂਗੀ ਕਿ ਸਾਡੀ ਸਰਕਾਰ ਬਹੁਤ ਚੰਗਾ ਕੰਮ ਕਰ ਰਹੀ ਹੈ, ਉਹਨਾਂ ਤੱਕ ਰੋਟੀ ਪਹੁੰਚਾ ਰਹੀ ਹੈ, ਲੰਗਰ ਸਾਡੇ ਸਰਕਾਰ ਉਹਨਾਂ ਲਈ ਪਹੁੰਚਾ ਰਹੀ ਹੈ। ਸੋ ਬਹੁਤ ਸੋਹਣੀ ਗੱਲ ਹੈ, ਕਿਉਂਕਿ ਉਹਨਾਂ ਦਾ, ਜਿਹਨਾਂ ਦਾ ਕੋਈ ਨਹੀਂ ਹੈ, ਉਹਨਾਂ ਦਾ ਸੋਚਣਾ ਬਹੁਤ ਜ਼ਰੂਰੀ ਹੈ ਸਾਨੂੰ ਸਾਰਿਆਂ ਨੂੰ। ਸੋ ਬਿਲਕੁਲ, ਕਿਤੇ ਨਾ ਕਿਤੇ ਜੇਕਰ ਤੁਸੀਂ ਕਮਿਊਨਿਟੀ ਦੇ ਲਈ ਸੋਚੋਗੇ, ਕਿਉਂਕਿ ਇਹ ਸਮਾਂ ਸੋਚਣ ਦਾ। ਸੋ ਕਿਤੇ ਨਾ ਕਿਤੇ ਵੀ ਸਾਨੂੰ ਖ਼ਬਰਾਂ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਮਿਲਦੀਆਂ ਨੇ ਕਿ ਕਾਫੀ ਗਰੀਬ ਤਬਕਾ ਹੈ ਜਿਨ੍ਹਾਂ ਕੋਲ ਹਾਲੇ ਤੱਕ ਰਾਸ਼ਨ ਨਹੀਂ ਪਹੁੰਚ ਸਕਿਆ, ਰੋਜ਼ਾਨਾ ਦੀ ਗਿਣਤੀ ਦੇ ਵਿੱਚ ਖ਼ਬਰਾਂ ਸਾਹਮਣੇ ਆਉਂਦੀਆਂ ਨੇ, ਕੋਈ ਸਰਕਾਰਾਂ ਨੂੰ ਕੋਈ ਸੰਦੇਸ਼ ਤੁਸੀਂ ਦੇਣਾ ਚਾਹੋ? ਹਾਂਜੀ, ਮੈਂ ਸਰਕਾਰ, ਵੈਸੇ ਤਾਂ ਸਰਕਾਰ ਬਹੁਤ ਸੋਹਣਾ ਕੰਮ ਕਰ ਰਹੀ ਹੈ, ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੀ ਕਿ ਜਿਹੜੀ ਜਗ੍ਹਾ ਤੇ ਹਾਲੇ ਤੱਕ ਮੀਡੀਆ ਨਹੀਂ ਪਹੁੰਚ ਪਾਈ ਜਾਂ ਜਿੱਥੇ ਤੱਕ ਉਹਨਾਂ ਦੇ ਖਾਣਾ ਨਹੀਂ ਪਹੁੰਚ ਪਾਇਆ ਲੋਕਾਂ ਤੱਕ, ਜਾਂ ਉਹਨਾਂ ਕੋਲ ਕੋਈ ਜ਼ਰੀਆ ਨਹੀਂ ਹੈ ਕਿ ਉਹ ਕਿੱਦਾਂ ਜਾਣ ਤੇ, ਮਤਲਬ ਵੱਧ ਤੋਂ ਵੱਧ ਲੋਕਾਂ ਦੇ ਨਾਲ ਉਹ ਕਮਿਊਨੀਕੇਟ ਕਰਨ, ਤਾਂ ਕਿ ਕੋਈ ਵੀ ਸਾਡੇ ਦੇਸ਼ ਦੇ ਵਿੱਚ ਘੱਟੋ ਘੱਟ ਭੁੱਖਾ ਨਾ ਰਹੇ, ਪਲੀਜ਼। ਸੋ ਬਿਲਕੁਲ, ਜਿਸ ਤਰ੍ਹਾਂ ਦੇ ਨਾਲ ਅਸੀਂ ਜ਼ਿਕਰ ਕਰਦੇ ਹਾਂ ਪੰਜਾਬ ਦਾ, ਸਾਡੇ ਨਾਲ ਸਾਵਣ ਜੁੜੇ ਹੋਏ ਨੇ। ਸੋ ਇਸੇ ਮਸਲੇ 'ਤੇ ਅਸੀਂ ਚਰਚਾ ਕਰ ਰਹੇ ਹਾਂ ਕਿ ਕੋਰੋਨਾ ਨੂੰ ਲੈ ਕੇ ਜਿੱਥੇ ਸੂਬਾ ਸਰਕਾਰ ਅਲਰਟ 'ਤੇ ਹੈ, ਦੇਸ਼ ਭਰ ਦੇ ਵਿੱਚ ਵੀ ਲੋਕਡਾਊਨ ਹੈ, ਪੂਰੇ ਵਿਸ਼ਵ ਭਰ ਦੇ ਵਿੱਚ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਤ੍ਰਾਸਦੀ ਹੈ, ਅਤੇ ਮੌਤਾਂ ਦਾ ਅੰਕੜਾ ਜਿਹੜਾ ਦਿਨੋ ਦਿਨ ਵੱਧਦਾ ਜਾ ਰਿਹਾ, ਕਿਤੇ ਨਾ ਕਿਤੇ ਸਾਵਧਾਨੀ ਸਾਨੂੰ ਰੱਖਣੀ ਚਾਹੀਦੀ ਹੈ, ਤਾਂ ਹੀ ਇਸ ਚੈਨ ਨੂੰ ਤੋੜਿਆ ਜਾ ਸਕਦਾ। ਅਤੇ ਸਾਵਣ, ਜਿਸ ਤਰ੍ਹਾਂ ਦੇ ਨਾਲ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਰਫਿਊ ਹੈ, ਹਾਲਾਂਕਿ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਅਤੇ ਸਾਵਧਾਨੀ ਕਿਤੇ ਨਾ ਕਿਤੇ ਵਰਤਣੀ ਚਾਹੀਦੀ ਹੈ,
ਤੇ ਉਹ ਲੋਕ ਜਿਨ੍ਹਾਂ ਦੇ ਸਕੈਡਿਊਲਸ ਕਹਿ ਸਕਦੇ ਹਾਂ, ਜਿਹਨੇ ਬੱਚਿਆਂ ਨੇ ਬਾਹਰ ਜਾਣਾ ਸੀ ਜਾਂ ਹੋਰ ਕਾਫੀ ਕਹਿ ਸਕਦੇ ਹਾਂ ਇਕਨੋਮੀ ਕਾਫੀ ਡਾਊਨ ਆਈ ਹੈ ਤੇ ਹੋਰ ਮਸਲੇ ਜਿਹੇ ਨੇ ਜਿਸ ਨੂੰ ਲੈ ਕੇ ਚਰਚਾ ਕਰਨ ਦਾ ਵਿਸ਼ਾ, ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਕੋਈ ਸੰਦੇਸ਼ ਜਿਨ੍ਹਾਂ ਲੋਕਾਂ ਨੂੰ ਲੈ ਕੇ ਕਾਫੀ ਕੰਮ ਪ੍ਰਭਾਵਿਤ ਹੋਏ ਨੇ ਤੇ ਇਸੇ ਮਸਲੇ ਤੇ ਲੋਕ ਕਾਫੀ ਚਿੰਤਾਜਨਕ ਨੇ ਜੀ। ਲੋਕ ਮੈਂ ਇਹੀ ਕਹਿਣਾ ਚਾਹੂੰਗੀ ਕਿ ਬਹੁਤ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਬਾਹਰ ਵੀ ਬੈਠੇ ਨੇ ਹਨਾ, ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਮੈਨੂੰ ਅੰਦਰੋਂ ਫੀਲ ਹੁੰਦਾ ਕਿ ਬੱਚੇ ਜਿਨ੍ਹਾਂ ਦੇ ਉਹ ਇੱਥੇ ਪੇਰੈਂਟਸ ਉਹਨਾਂ ਦੇ ਕਿੰਨੀ ਟੈਨਸ਼ਨ 'ਚ ਨੇ ਕਿ ਸਾਡੇ ਬੱਚੇ ਸਾਡੇ ਤੋਂ ਬਾਹਰ ਨੇ ਬੈਠੇ ਹਨਾ, ਤੇ ਇੱਕ ਸਾਈਕਲ ਆ ਜਿਹੜਾ ਉਹ ਟੁੱਟ ਚੁੱਕਾ ਹਨਾ, ਤੇ ਉਹਨੂੰ ਲੈ ਕੇ ਬਹੁਤ ਜ਼ਿਆਦਾ ਟੈਨਸ਼ਨ ਆ। ਤੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੂੰਗੀ ਕਿ 21 ਦਿਨ ਦਾ ਜੇ ਲੋਕਡਾਊਨ ਲੱਗਿਆ ਸਾਡੇ ਪੰਜਾਬ 'ਚ, ਜੇ ਲੱਗਿਆ ਪੂਰੇ ਇੰਡੀਆ 'ਚ ਲੱਗਿਆ, ਜੇ ਸਰਕਾਰ ਨੇ ਲਾਇਆ, ਤੇ ਇਹ ਨਹੀਂ ਹੈ ਕਿ ਅਸੀਂ 21 ਦਿਨ ਤੋਂ ਬਾਅਦ 22ਵੇਂ ਦਿਨ ਅਸੀਂ ਬਾਹਰ ਨਿਕਲ ਕੇ ਫਿਰ ਉਹੋ ਜਿਹੇ ਹੋ ਜਾਈਏ, ਕਿਉਂਕਿ ਜੇ ਇਹ ਚੀਜ਼ ਚੱਲ ਪਈ ਹੈ ਤੇ ਇਹ ਪਤਾ ਨਹੀਂ ਹਲੇ ਕਿੰਨੇ ਟਾਈਮ ਚੱਲਣੀ ਹੈ। ਸੋ ਸਾਨੂੰ ਪ੍ਰੀਕੋਸ਼ਨ ਸਾਨੂੰ ਹੀ ਘਰੇ ਬੈਠ ਕੇ ਹੀ ਲੈਣਾ ਪੈਣਾ, ਇਹਦੇ ਨਾਲ ਲੜਨਾ ਪੈਣਾ। ਸੋ 21 ਦਿਨ ਇਹ 22ਵੇਂ ਦਿਨ ਇਹ ਨਹੀਂ ਹੈ ਮਤਲਬ ਕਿ ਅਸੀਂ ਬਾਹਰ ਜਾ ਕੇ ਘੁੰਮਦੇ ਫਿਰੀਏ ਫਿਰ ਉੱਦਾਂ ਹੀ ਹੋ ਜਾਈਏ। ਸੋ ਇਹ ਚੀਜ਼ ਨੂੰ ਸਾਨੂੰ ਤੋੜਨਾ ਨਹੀਂ ਚਾਹੀਦਾ, ਸਾਨੂੰ ਪ੍ਰੀਕੋਸ਼ਨ ਤਦ ਤੱਕ ਲੈਂਦੇ ਲੈਣਾ ਚਾਹੀਦਾ ਜਦ ਤੱਕ ਇਹ ਚੀਜ਼ ਜੜ ਤੋਂ ਨਹੀਂ ਖਤਮ ਹੁੰਦੀ। ਸੋ ਬਿਲਕੁਲ ਸਾਨੂੰ ਪ੍ਰੀਕੋਸ਼ਨਸ ਵਰਤਣੇ ਚਾਹੀਦੇ ਨੇ। ਸਾਵਨ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਆਪਣਾ ਕੀਮਤੀ ਸਮਾਂ ਸਾਂਝਾ ਕੀਤਾ। ਸੋ ਜਿਸ ਤਰ੍ਹਾਂ ਦੇ ਨਾਲ ਅਸੀਂ ਜ਼ਿਕਰ ਕਰ ਰਹੇ ਹਾਂ, ਅਸੀਂ ਇਸ ਮਸਲੇ ਨੂੰ ਲੈ ਕੇ ਸਾਡੇ ਨਾਲ ਵੱਖ ਵੱਖ ਅਦਾਕਾਰ ਜੁੜਦੇ ਨੇ, ਸਾਵਣ ਵੀ ਸਾਡੇ ਨਾਲ ਜੁੜੇ ਹੋਏ ਸੀ। ਸੋ ਇਸੇ ਮਸਲੇ 'ਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ, ਜ਼ੀ ਮੀਡੀਆ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਂ 'ਤੇ ਤੁਹਾਨੂੰ ਅਪੀਲ ਕਰਦਾ ਕਿ ਇਸ ਮਸਲੇ 'ਤੇ ਸੰਜੀਦਗੀ ਵਰਤੀ ਜਾਵੇ, ਜਾਗਰੂਕਤਾ ਵਰਤੀ ਜਾਵੇ, ਖਾਸ ਕਰਕੇ ਸੋਸ਼ਲ ਮੀਡੀਆ 'ਤੇ ਧਿਆਨ ਨਾ ਦਿੱਤਾ ਜਾਵੇ। ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਦੇ ਨਾਲ ਅਫਵਾਹਾਂ ਦਾ ਦੌਰ ਜਾਰੀ ਹੈ, ਹਾਲਾਂਕਿ ਪੰਜਾਬ ਸਰਕਾਰ ਸਣੇ ਦੇਸ਼ ਦੀਆਂ ਸਰਕਾਰਾਂ ਵੀ ਕਹਿ ਚੁੱਕੀਆਂ ਨੇ ਕਿ ਅਫਵਾਹਾਂ 'ਤੇ ਧਿਆਨ ਨਾ ਦਿਓ। ਇਸ ਮਸਲੇ 'ਤੇ ਵੀ ਜੇਕਰ ਅਫਵਾਹਾਂ ਕੋਈ ਫੈਲਾਉਂਦਾ ਤਾਂ ਸੰਬੰਧਿਤ ਥਾਣੇ ਵਿੱਚ ਸ਼ਿਕਾਇਤ ਦਿੱਤੀ ਜਾ ਸਕਦੀ ਹੈ। ਅਤੇ ਮੈਂ ਹੋਰ ਇੱਕ ਸਵਾਲ ਪੁੱਛਣਾ ਚਾਹਾਂਗਾ ਸਾਵਣ ਤੁਹਾਨੂੰ, ਅਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ 'ਤੇ ਲੋਕ ਐਕਟਿਵ ਨੇ, ਨੌਜਵਾਨ ਐਕਟਿਵ ਨੇ ਅਤੇ ਹੋਰ ਸਾਰੇ ਮਸਲੇ 'ਤੇ ਇੱਕ ਨਵਾਂ ਯੁੱਗ ਬਣ ਚੁੱਕਿਆ, ਪਰ ਕਿਤੇ ਨਾ ਕਿਤੇ ਮੈਂ ਅਫਵਾਹਾਂ ਦਾ ਜ਼ਿਕਰ ਕਰਕੇ ਹਟਿਆ ਕਿ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਮਸਲੇ 'ਤੇ ਲੋਕਾਂ ਨੂੰ ਕੋਈ ਸੁਝਾਅ, ਹਾਲਾਂਕਿ ਅਸੀਂ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਂ 'ਤੇ ਲੋਕਾਂ ਨੂੰ ਰੋਜ਼ਾਨਾ ਅਪੀਲ ਕਰਦੇ ਹਾਂ ਕਿ ਇਸ ਮਸਲੇ 'ਤੇ ਧਿਆਨ ਨਾ ਦਿੱਤਾ ਜਾਵੇ, ਕਿਉਂਕਿ ਬੜਾ ਸੰਜੀਦਗੀ ਜਿਹਾ ਮੁੱਦਾ ਹੈ, ਬੜਾ ਸੈਂਸਿਟਿਵ ਜਿਹਾ ਮੁੱਦਾ ਹੈ। ਬਿਲਕੁਲ, ਜੋ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਇੱਦਾਂ ਦੀਆਂ, ਮਤਲਬ ਜਿਹੜੀ ਸਾਨੂੰ ਨਹੀਂ ਸੁਣਨੀਆਂ ਚਾਹੀਦੀਆਂ, ਉਸ ਚੀਜ਼ ਨੂੰ ਬਿਲਕੁਲ ਰੋਕਿਆ ਜਾਣਾ ਚਾਹੀਦਾ। ਔਰ ਲੋਕਾਂ ਨੂੰ ਵੀ ਮੈਂ ਇਹ ਕਹਿਣਾ ਚਾਹੂੰਗੀ, ਜੇ ਤੁਸੀਂ ਸੋਸ਼ਲ ਮੀਡੀਆ ਦਾ ਇਸ ਟਾਈਮ ਤੇ ਯੂਜ਼ ਕਰ ਰਹੇ ਹੋ ਤੇ ਉਹਨੂੰ ਜ਼ਰੂਰ ਚੰਗੇ ਪੱਖ ਤੋਂ ਵੀ ਯੂਜ਼ ਕੀਤਾ ਜਾਵੇ। ਤੁਸੀਂ ਲੋਕਾਂ ਨੂੰ ਕੋਰੋਨਾ ਬਾਰੇ ਸਮਝਾਓ, ਅਗਰ ਅਗਰ ਕੋਈ ਮਤਲਬ ਇਸ ਚੀਜ਼ ਨੂੰ ਤੁਹਾਨੂੰ ਦੇਖੇਗਾ ਤਾਂ ਡੈਫੀਨੇਟਲੀ ਉਹ ਇਸ ਚੀਜ਼ ਨੂੰ ਜ਼ਰੂਰ ਸਮਝੂਗਾ। ਸੋ ਸੋਸ਼ਲ ਮੀਡੀਆ ਤੇ ਤੁਸੀਂ ਨੈਗੇਟਿਵ ਗੱਲਾਂ ਨੂੰ, ਕਿਉਂਕਿ ਟਾਈਮ ਇਹ ਜੋ ਚੱਲ ਰਿਹਾ, ਸਾਨੂੰ ਇਸ ਟਾਈਮ ਇਹੋ ਜਿਹੀ ਨੈਗੇਟਿਵਿਟੀ ਨਹੀਂ ਫੈਲਾਉਣੀ ਚਾਹੀਦੀ, ਸਾਨੂੰ ਪੋਜ਼ਿਟਿਵਿਟੀ ਫੈਲਾਉਣੀ ਚਾਹੀਦੀ ਆ। ਸੋ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਕੁਛ ਵੀ ਨੈਗੇਟਿਵ, ਮੈਂ ਇਹੀ ਕਹਿਣਾ ਚਾਹੂੰਗੀ, ਪਲੀਜ਼ ਨਾ ਪਾਓ, ਕਿਉਂਕਿ ਸਾਡੇ ਤਾਂ ਇਫੈਕਟ ਡੈਫੀਨੇਟਲੀ ਕਰਦਾ, ਆਡੀਅੰਸ ਦਾ ਇਫੈਕਟ ਕਰਦਾ ਇਹ ਸਭ ਚੀਜ਼ਾਂ। ਸੋ ਬਿਲਕੁਲ ਨੈਗੇਟਿਵਿਟੀ ਨਹੀਂ ਫੈਲਾਉਣੀ ਚਾਹੀਦੀ, ਕਿਤੇ ਨਾ ਕਿਤੇ ਆਈਟੀ ਐਕਟ ਅਧੀਨ ਸਣੇ ਹੋਰ ਕਈ ਤਰ੍ਹਾਂਵਾਂ ਨੇ ਜਿਹੜੀਆਂ ਇਸ ਮਸਲੇ 'ਤੇ ਤੁਹਾਨੂੰ ਕਹਿੰਦੀਆਂ ਨੇ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਵੀ ਹੋ ਸਕਦੀ ਹੈ, ਹਾਲਾਂਕਿ ਕਈ ਤਰ੍ਹਾਂ ਦੇ ਪ੍ਰੋਵੀਜ਼ਨ ਦੇ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ। ਜੀ ਜੀ ਸਾਹਿਬ, ਔਰ ਇਸ ਚੀਜ਼ ਤੋਂ ਜੋ ਕੋਰੋਨਾ ਵਾਇਰਸ ਨੂੰ ਲੈ ਕੇ ਕੁਛ ਲੋਕ ਮਜ਼ਾਕ 'ਚ ਵੀ ਇਸ ਚੀਜ਼ ਨੂੰ ਲੈ ਰਹੇ ਨੇ, ਮੈਨੂੰ ਬਹੁਤ ਬੁਰਾ ਲੱਗਦਾ ਹੈ ਦੇਖ ਕੇ, ਕਿਉਂਕਿ ਜਿਹੜੇ ਲੋਕ ਮਰ ਰਹੇ ਨੇ ਉਹਨਾਂ ਬਾਰੇ ਸੋਚੋ ਤੁਸੀਂ, ਪਲੀਜ਼ ਉਹਨਾਂ ਨੂੰ ਦੇਖੋ। ਅਸੀਂ ਟੀਵੀ ਤੇ ਦੇਖਦੇ ਹਾਂ ਹਨਾ, ਰੋਜ਼ ਦੇਖਦੇ ਜਿਨ੍ਹਾਂ ਦੇ ਘਰ ਖਤਮ ਹੋ ਗਏ ਨੇ, ਬਹੁਤ ਦੁੱਖ ਹੁੰਦਾ ਇੱਦਾਂ ਦੇਖ ਕੇ। ਸੋ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਇਸ ਚੀਜ਼ ਨੂੰ, ਬਹੁਤ ਵੱਡਾ ਮੁੱਦਾ ਹੈ। ਸੋ ਸਾਨੂੰ ਸਮਝਣਾ ਚਾਹੀਦਾ, ਸਾਨੂੰ ਪ੍ਰੀਕੋਸ਼ਨਸ ਲੈਣੀਆਂ ਚਾਹੀਦੀਆਂ, ਸਰਕਾਰ ਦੀ ਗੱਲ ਮੰਨਣੀ ਚਾਹੀਦੀ। ਬਿਲਕੁਲ, ਤੇ ਸਭ ਨੂੰ ਮਾਨਸਿਕਤਾ ਕਿਹੋ ਜਿਹੀ ਸਮਝੇ ਜਿਹੇ ਲੋਕਾਂ ਦੀ, ਜਿਹੜੇ ਲੋਕ ਸੰਜੀਦਗੀ ਨਾਲ ਨਹੀਂ ਲੈ ਰਹੇ ਇਸ ਮਸਲੇ ਨੂੰ। ਮੈਨੂੰ, ਮੈਂ ਹੈਰਾਨ ਹੁੰਦੀ ਹਾਂ ਸਰ ਇਹ ਗੱਲ ਸੁਣ ਕੇ, ਕਿਉਂ ਹਲੇ ਤੱਕ ਵੀ ਕਿਉਂ ਨੀ ਇਸ ਗੱਲ ਨੂੰ ਸੀਰੀਅਸਲੀ ਲੈ ਰਹੇ, ਪਤਾ ਨੀ ਮਤਲਬ ਕੀ ਚੱਕਰ ਹੈ। ਬਟ ਕੋਸ਼ਿਸ਼, ਚਲੋ ਆਪਾਂ ਮੀਡੀਆ ਕੋਸ਼ਿਸ਼ ਕਰ ਰਿਹਾ, ਪੁਲਿਸ ਸਾਡੀ ਡਿਪਾਰਟਮੈਂਟ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਸਖਤਾਈ ਨਾਲ, ਫਿਰ ਅਗਰ ਨਹੀਂ ਮੰਨਦੇ ਤੇ ਸਖਤਾਈ ਨਾਲ ਦੱਸਿਆ ਜਾਵੇ, ਤੇ ਅਗਰ ਫਿਰ ਵੀ ਨਹੀਂ ਮੰਨ ਰਹੇ ਤੇ ਇਹ ਤਾਂ ਫਿਰ ਸਾਡੇ ਲਈ ਬਹੁਤ ਮਾੜੀ ਗੱਲ ਹੈ। ਮੈਂ ਸੀਰੀਅਸਲੀ ਉਹਨਾਂ ਲੋਕਾਂ ਨੂੰ ਕਹਿਣਾ ਚਾਹੂੰਗੀ ਕਿ ਪਲੀਜ਼ ਸੀਰੀਅਸਲੀ ਲਓ ਇਸ ਗੱਲ ਨੂੰ, ਪੂਰੇ ਦੇਸ਼ ਦਾ, ਪੂਰੇ ਵਰਲਡ ਦਾ ਸਵਾਲ ਹੈ। ਸੋ ਸਾਡੀ ਜ਼ਿੰਦਗੀਆਂ ਦਾ ਸਵਾਲ ਹੈ, ਪ੍ਰੀਕੋਸ਼ਨਸ ਲੈਣੀਆਂ ਬਹੁਤ ਜ਼ਰੂਰੀ ਹੈ ਇਹਨਾਂ ਦਿਨਾਂ 'ਚ, ਇਹ ਟਾਈਮ ਸੀਰੀਅਸਲੀ ਸਾਰਿਆਂ ਲਈ ਬਹੁਤ ਜ਼ਰੂਰੀ ਟਾਈਮ ਹੈ। ਬਿਲਕੁਲ,
ਤੇ ਇੱਕ ਹੋਰ ਸਵਾਲ ਹੈ, ਜਿਸ ਤਰ੍ਹਾਂ ਦੇ ਨਾਲ ਐਨ ਆਰ ਆਈ ਬਲੇਮਿੰਗ ਚੱਲਿਆ ਇੱਕ ਸਿਸਟਮ, ਜੋ ਐਨ ਆਰ ਆਈ ਭਰਾ ਨੇ ਸਾਡੇ ਜੋ ਪੰਜਾਬ ਆਏ ਨੇ ਉਸ ਮਸਲੇ ਤੇ ਵੀ ਕਾਫੀ ਇੱਕ ਸੋਸ਼ਲ ਮੀਡੀਆ ਤੇ ਅਫਵਾਹਾਂ ਦਾ ਦੌਰ ਜਿਸ ਤਰ੍ਹਾਂ ਨਾਲ ਕਹਿ ਸਕਦੇ ਕਿ ਗੱਲਾਂ ਦਾ ਦੌਰ ਜਾਰੀ ਹੈ ਕਿ ਐਨ ਆਰ ਆਈ ਕਰਕੇ ਜੋ ਸਾਡੇ ਪੰਜਾਬ ਦੀ ਹਾਲਾਤ ਹੈ ਤੇ ਉਸ ਮਸਲੇ ਤੇ, ਹਾਲਾਂਕਿ ਸਾਡੀਆਂ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਇਸ ਮਸਲੇ ਤੇ ਕਿ ਸਿਹਤ ਮਹਿਕਮਾ ਇੰਨਾ ਚੌਕਸੀ ਦਿਖਾਵੇ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਨਾ ਆਵੇ। ਹਾਂਜੀ, ਪਹਿਲਾਂ ਤਾਂ ਜਿਹੜੇ ਸਾਡੇ ਐਨ ਆਰ ਆਈਜ਼ ਨੇ, ਹਨਾ, ਜੇ ਅਗਰ ਇਸ ਟਾਈਮ ਤੇ ਹਲੇ ਉਹ ਬਾਹਰ ਸੀਗੇ, ਉਹਨਾਂ ਨੂੰ ਇੱਧਰ ਨਹੀਂ ਆਉਣਾ ਚਾਹੀਦਾ ਸੀਗਾ। ਮਤਲਬ ਇਹਦੇ 'ਚ ਕੋਈ ਬੁਰਾ ਮੰਨਣ ਵਾਲੀ ਗੱਲ ਨਹੀਂ ਹੈ, ਇਹ ਸਾਰਿਆਂ ਲਈ ਸਾਡੇ ਲਈ ਸੇਫਟੀ ਵਾਲੀ ਗੱਲ ਆ। ਔਰ ਅਗਰ ਕੋਈ ਇੱਥੇ ਵਾਪਿਸ ਆ ਵੀ ਜਾਂਦਾ ਹੈ ਤੇ ਉਹਨੂੰ, ਅਗਰ ਉਹਨੂੰ ਆਪਣੇ ਅੰਦਰ ਥੋੜਾ ਜਿਹਾ ਵੀ ਸਿੰਪਟਮ ਦਿਖਦਾ ਹੈ ਤੇ ਪਲੀਜ਼ ਉਸ ਚੀਜ਼ ਨੂੰ ਇਗਨੋਰ ਨਾ ਕੀਤਾ ਜਾਵੇ, ਉਹ ਤੁਸੀਂ ਡਾਕਟਰ ਕੋਲੋਂ ਜਾਓ, ਉਹਨੂੰ ਦਿਖਾਓ, ਕਿਉਂਕਿ ਸਾਡੇ ਡਾਕਟਰਸ ਬੈਠੇ ਆ ਇਸ ਚੀਜ਼ ਨੂੰ ਠੀਕ ਕਰਨ ਲਈ। ਸੋ ਇਹਦੇ 'ਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਮੈਂ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਸਾਹਮਣੇ ਆਓ, ਅਗਰ ਤੁਹਾਡੀ ਕੋਈ ਤੁਹਾਨੂੰ ਕੋਈ ਪ੍ਰੋਬਲਮ ਹੈ, ਤੁਸੀਂ ਉਸ ਚੀਜ਼ ਨੂੰ ਛੁਪਾਓ ਨਾ। ਅਗਰ ਸਾਡੇ ਉਹਨਾਂ ਤੇ ਸਾਨੂੰ ਇੱਥੇ ਸਾਡੇ ਇੱਥੇ ਕਪੂਰਥਲਾ ਸ਼ਹਿਰ ਦੇ ਵਿੱਚ ਵੀ ਇਨਫੋਰਮੇਸ਼ਨ ਦਿੱਤੀ ਗਈ ਕਿ ਅਗਰ ਕੋਈ ਬਾਹਰੋਂ ਆ ਰਿਹਾ ਉਹ ਆਪਣੇ ਘਰ 'ਚ ਲੋਕਡਾਊਨ ਹੋ ਜਾਏ, ਉਹ ਅਗਰ ਮੀਡੀਆ ਇਹ ਸਭ ਕੁਝ ਕਹਿ ਰਹੀ ਹੈ, ਡਾਕਟਰਸ ਦੇ ਕਹਿ ਰਹੀ ਹੈ, ਤੇ ਇਹਦੇ 'ਚ ਕੋਈ ਨਾ ਮੰਨਣ ਵਾਲੀ ਗੱਲ ਨਹੀਂ ਹੈ, ਕਿਉਂਕਿ ਹੁਣ ਤੇ ਇਹੋ ਜਿਹਾ ਟਾਈਮ ਹੈ ਕਿ ਸਾਨੂੰ ਸਾਡੇ ਡਾਕਟਰਸ ਦੀ, ਸਾਡੇ ਸਾਡੀ ਸਰਕਾਰ ਦੀ ਗੱਲ ਮੰਨਣੀ ਬਹੁਤ ਜ਼ਰੂਰੀ ਹੈ। ਸੋ ਬਹੁਤ ਬਹੁਤ ਧੰਨਵਾਦ ਸਾਵਨ, ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਸੋ ਜਿਸ ਤਰ੍ਹਾਂ ਦੇ ਨਾਲ ਸਾਡੇ ਨਾਲ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਅਦਾਕਾਰ ਜੁੜਦੇ ਨੇ, ਇਹੀ ਅਪੀਲ ਤੁਹਾਨੂੰ ਕੀਤੀ ਜਾਂਦੀ ਹੈ। ਅਸੀਂ ਵੀ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਦਾ ਹੁਕਮ ਹੈ ਉਸਦਾ ਪਾਲਣ ਕਰੀਏ, ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੇਕਰ ਅਸੀਂ ਚੱਲਾਂਗੇ ਤਾਂ ਹੀ ਇਸ ਮਹਾਮਾਰੀ ਤੋਂ ਬਚਿਆ ਜਾ ਸਕਦਾ ਹੈ। ਸੋ ਬਹੁਤ ਬਹੁਤ ਧੰਨਵਾਦ ਇਸ ਪੇਸ਼ਕਸ਼ ਦੇ ਲਈ।